मेरे प्यारे वीरों, मेरे वालों सतपाल सिंह लौंगोदेवा साबका थानेदार वालों सारे प्यार भरी सत श्री अकाल। मैनू वीरों बहुत सारे कमेंट आए सी भी जिहड़ा कल लखे सधाणे ने ते भाई बलकौर सिंह ने जिहड़ा उत्थे इकट्ठ करके भी गल कीती है साडे बारे, जिहड़े ओह तिन चार रिटायर ने ओह मेरे नाल किसे चैनल ते बहि जाण, भाई कबूल है, जिथे मर्जी तुसी चैनल सिलेक्ट करो मैं उत्थे आऊंगा। ते रही गल दूजी जिहड़ी इह सरकार दा इहदे नाल कोई लेना देना नहीं, इह कारवाई कराई आ असीं ते मैं आपदे ते जिम्मेवारी लैना है, ठीक है। मैं ना दबण वालिआं चों ते ना मैं डरन वालिआं चों, मैं नस्ली जट दा नस्ली पुत है। इह वीडियो हुण कट के चलाउंदा भाणा सिद्धू, ओह ठीक है जिहड़े सुण लैणगे उहनां नूं, पर साडे कोल ओह सेव ने। हुण मैं तुहानूं दसदा वी इह गल वधी कित्थों है, इहने उस मुंडे नाल कोई इहदा सौ कोई गल्लबात होगी, साडा उस थानेदार नाल पहिलां ना कोई लैणा ना कोई देणा, ना साडे नाल उहने किते ड्यूटी कीती ना उहने साडे नाल किते रिहा। इन्हें जो लाइव तुम सारे ने सुनिया जो उन्होंने इन्हें गंद बढ़िया वो एक सभ्यक बंदे की भाषा नहीं होंगी, जिहड़ी इन्हें उस तो बाद तुहानू उहदे विच दिसी जांदा है भी फोन कट गया भी साले चक फोन कट गया है ना। इन्हें उस तो बाद लाइव कॉल की लैंडलाइन जिवें आप फोन तो सीधी कॉल करते हैं जिन्होंने आप कह दईए, उस तो बाद इन्हें फिर जिहड़ा गंद बढ़िया ओदे जाति सूचक आ जिहड़े होर ठेकेदार बने फिरदे ना भी असीं एस सी समाज के ठेकेदार हैं, वो हुण ठेकेदार हो मेरी यह गल सुन लो, वह मुंडा एस सी कोटे नाल संबंध रखता, फिर जिहड़ी इन्हें भाषा वलगर भाषा चों गालां कढ़ियां उदों नूं मैं वीडियो पा दित्ती सी ते मैं लखे सधाणे तैनूं दो वारी अपील की। चलो जे मैं कहना इंसान हाँ, गलती हो जाती है कई बार, ਤੁਸੀਂ ਯਾਰ ਆਪੇ ਕਹਿੰਦੇ ਵੀ ਇਹਨੂੰ ਇਹਨੂੰ ਪਤਾ ਹੀ ਨਹੀਂ ਲੱਗਦਾ ਇਹ ਬੰਦਾ ਆਪਦੀ ਭੈਣ ਨੂੰ ਗਾਲਾਂ ਕਿਉਂ ਨਹੀਂ ਕੱਢ ਦਿੰਦਾ, ਆਪਦੀ ਮਾਂ ਨੂੰ ਗਾਲਾਂ ਕਿਉਂ ਨਹੀਂ ਕੱਢ ਦਿੰਦਾ। ਇਹ ਤਾਂ ਉਹ ਗੱਲ ਹੋ ਗਈ ਨਾ ਵੀ ਸ਼ਰਾਬ ਪੀ ਕੇ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਵੀ ਸ਼ਰਾਬੀ ਸੀ ਜੀ, ਇਹਨੂੰ ਪਤਾ ਨਹੀਂ ਲੱਗਿਆ, ਸਭ ਪਤਾ ਹੁੰਦਾ ਵੀਰੋ। ਇਹਨੇ ਮੁੜ ਕੇ ਮੇਰੇ ਨਾਲ ਵੀ ਆਸਟ੍ਰੇਲੀਆ 'ਚ ਬਹੁਤ ਮੁੰਡਿਆਂ ਦੀਆਂ ਗੱਲਾਂ ਹੋਈਆਂ, ਉੱਥੇ ਇਹਨੇ ਸਿਰਫ ਫੁਕਰੀ ਮਾਰੀ ਸੀ ਵੀ ਤੁਹਾਨੂੰ ਮੇਰਾ ਉੱਥੇ ਪੰਜਾਬ 'ਚ ਇੰਨਾ ਦਬਦਬਾ, ਮੈਂ ਥਾਣੇਦਾਰ ਨੂੰ ਲਾਈਵ ਤੁਹਾਨੂੰ ਮਾਫ਼ੀ ਮੰਗਾ ਕੇ ਦਿਖਾਉਣਾ। ਬਾਈ ਬਲਕੌਰ ਸਿੰਘ, ਮੈਂ ਤੇਰੀ ਬਹੁਤ ਇੱਜ਼ਤ ਕਰਦਾ, ਅਜੇ ਮੈਂ ਥੋੜ੍ਹੇ ਦਿਨ ਹੀ ਹੋਏ ਤੇਰੇ ਕੋਲੋਂ ਘਰੋਂ ਹੋ ਕੇ ਗਿਆ, ਮੈਂ ਖੁਦ ਚੱਲ ਕੇ ਤੇਰੇ ਕੋਲ ਤਿੰਨ ਵਾਰੀ ਆਇਆ, ਦੋ ਇੱਕ ਵਾਰੀ ਤਾਂ ਚਲੋ ਉਸ ਵੇਲੇ ਤਾਂ ਉਦੋਂ ਅਜੇ ਨਵੀਂ ਨਵੀਂ ਘਟਨਾ ਵਾਪਰੀ ਸੀ, ਦੁਬਾਰਾ ਮੈਂ ਗਿਆ ਤੁਸੀਂ ਮੈਨੂੰ ਮਿਲੇ ਨਹੀਂ, ਤੀਜੀ ਵਾਰ ਮੈਂ ਉਦੋਂ ਜਿੱਦਣ ਗਿਆ ਤੁਸੀਂ ਮੇਰੀ ਬਹੁਤ ਇੱਜ਼ਤ ਕੀਤੀ, ਤੁਸੀਂ ਕੰਮ ਚੱਲੇ ਸੀ ਛੱਡ ਕੇ ਕੰਮ ਵਾਪਸ ਆਏ, ਤੁਸੀਂ ਮੈਨੂੰ ਇਹ ਗੱਲ ਕਹੀ ਵੀ ਮੇਰਾ ਜੀ ਕਰਦਾ ਵੀ ਮੈਂ ਬਾਗੀ ਹੋ ਜਾਵਾਂ, ਅਤੇ ਮੈਂ ਤੁਹਾਨੂੰ ਕਿਹਾ ਸੀ ਬਾਈ ਹੋਰ ਕੋਈ ਤੇਰੇ ਨਾਲ ਤੁਰੇ ਜਾਂ ਨਾ ਤੁਰੇ ਮੈਂ ਤੇਰੇ ਨਾਲ ਜ਼ਰੂਰ ਤੁਰੂੰਗਾ। ਜਿਸ ਦਿਨ ਟੀਨੂੰ ਮਾਨਸਾ ਤੋਂ ਭੱਜਿਆ ਤੁਸੀਂ ਸਾਨੂੰ ਨਹੀਂ ਸੀ ਕਿਹਾ ਵੀ ਸਾਡੀ ਹੈਲਪ ਕਰੋ ਜਾਂ ਨਾ ਕਰੋ, ਸਾਡਾ ਇਨਸਾਨੀਅਤ ਤੌਰ 'ਤੇ ਫਰਜ਼ ਬਣਦਾ ਸੀ, ਕਿਉਂਕਿ ਮੈਨੂੰ ਸਿੱਧੂ ਮੂਸੇਵਾਲਾ ਘੱਟੋ ਘੱਟ 6-7 ਵਾਰ ਮੈਨੂੰ ਉੱਥੇ ਸੁਖਜਿੰਦਰ ਸਿੰਘ ਰੰਧਾਵੇ ਦੇ ਘਰੇ ਮਿਲਿਆ, ਕੁਲਵੀਰ ਜੀਰੇ ਦੇ ਘਰੇ ਮਿਲਿਆ, ਐਮ ਐਲ ਏ ਹੋਸਟਲ 'ਚ ਮਿਲਦਾ ਰਿਹਾ, ਮੇਰੀ ਵੀ ਉਹ ਇੱਜ਼ਤ ਕਰਦਾ ਸੀ ਕਿਉਂਕਿ ਇੱਕ ਵਾਰੀ ਜਦੋਂ ਮੇਰਾ ਰੀਜੁਆਇਨਿੰਗ ਦਾ ਸੀ ਮੈਂ ਜਿਵੇਂ ਜਿਹੜੇ ਹਿਸਾਬ ਨਾਲ ਮੈਂ ਜਵਾਬ ਦਿੱਤਾ ਮੈਨੂੰ ਉਹਦੇ ਵਿੱਚ ਬਾਹਰ ਨਿਕਲ ਕਹਿੰਦਾ ਚਾਚਾ ਸਵਾਦ ਲਿਆ ਤਾਂ, ਮੈਂ ਇੱਕ ਦੋ ਗੱਲਾਂ ਕਹੀਆਂ ਸੀ ਤੁਹਾਨੂੰ ਪੁਰਾਣੇ ਕੰਨ ਮੈਨਾਂ ਨੇ ਵੀ ਦੱਸੀਆਂ ਵੀ ਕਾਕਾ ਇੱਕ ਤਾਂ ਤੈਨੂੰ ਕੋਈ ਮਸ਼ਹੂਰੀ ਦੀ ਇਸ ਵੇਲੇ ਲੋੜ ਨਹੀਂ, ਇੱਕ ਗੱਡੀ ਨਹੀਂ ਤੂੰ ਆਪ ਚਲਾਉਣੀ, ਇੱਕ ਤੂੰ ਬਰਾਬਰ ਵਾਲੀ ਸੀਟ 'ਤੇ ਨਹੀਂ ਡਰਾਈਵਰ ਦੇ ਬੈਠਣਾ, ਮੈਂ ਖੁਦ ਕਹੀਆਂ ਰੰਧਾਵੇ ਦੀ ਕੋਠੀ 'ਚ ਕਹੀਆਂ 20/12/2021 ਲਾਸਟ ਮਿਲਣੀ ਸਾਡੀ ਹੋਈ। ਜਿਸ ਦਿਨ ਟੀਨੂੰ ਭੱਜਦਾ ਅਸੀਂ ਆਪਦੇ ਅਫਸਰਾਂ ਕੋਲ ਇਤਰਾਜ਼ ਕੀਤਾ, ਮੈਂ ਤਾਂ ਇੱਥੋਂ ਤੱਕ ਕੀਤਾ, ਠੀਕ ਹੈ ਜਦੋਂ ਇਹ ਵੱਡੇ ਗੈਂਗਸਟਰ ਅਸੀਂ ਇਹਨਾਂ ਨੂੰ ਫੜ ਲੈਂਦੇ ਹਾਂ ਸਾਡੇ ਨਾਲ ਇਹ ਸੌਦੇਬਾਜ਼ੀਆਂ ਕਰਦੇ ਕੁੱਟ ਨਹੀਂ ਖਾਂਦੇ ਹੁੰਦੇ, ਇਹ ਸਾਡੇ ਨਾਲ ਕਰ ਲੈਂਦੇ ਆ ਵੀ ਅਸੀਂ ਤੁਹਾਨੂੰ ਇੰਨਾ ਕੁ ਕੰਮ ਦੇ ਦਿੰਦੇ ਹਾਂ ਜੀ ਸਾਡੇ 'ਤੇ ਤੁਸੀਂ ਇੰਨਾ ਕੁ, ਠੀਕ ਹੈ ਹੁੰਦਾ ਇਹ ਇੱਕ ਪੁਲਿਸ ਦਾ ਵਰਤਾਰਾ, ਠੀਕ ਹੈ ਜੀ। ਮੈਂ ਇੱਥੋਂ ਤੱਕ ਵੀ ਇਤਰਾਜ਼ ਕੀਤਾ ਆਪਦੇ ਵੱਡੇ ਅਫਸਰ ਕੋਲ ਵੀ ਜੇ ਤੁਸੀਂ ਇਹ ਕਾਰਵਾਈ ਨਾ ਕੀਤੀ ਅਸੀਂ ਪੰਜਾਬ, ਮੈਂ ਤਾਂ ਪੰਜਾਬ ਛੱਡੂੰਗਾ ਜੀ, ਮੇਰੇ ਬਾਰੇ ਸਾਰੀਆਂ ਧਾਰਮਿਕ ਸੰਸਥਾਵਾਂ ਜਾਣਦੀਆਂ, ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਣਦੀਆਂ, ਮੈਂ ਪੁਲਿਸ 'ਚ ਕੀ ਕੀਤਾ, ਮੈਂ ਆਪਦੀ ਕੌਮ ਦੀ ਖਾਤਰ ਕੀ ਕੀਤਾ, ਮੈਂ ਆਪਦੇ ਗੁਰੂ ਦੀ ਖਾਤਰ ਕੀ ਕੀਤਾ। ਹੁਣ ਬਾਈ ਸਧਾਣਾ ਜੀ ਅਤੇ ਬਾਈ ਬਲਕੌਰ ਸਿੰਘ, ਮੈਂ ਮੇਰੀਆਂ ਵੀਡੀਓ ਚੱਕ ਲਓ ਲੱਖੇ, ਮੈਂ ਤੁਹਾਨੂੰ ਅਪੀਲ ਕੀਤੀ, ਇਹ ਬੰਦਾ ਅਗਲੇ ਦਿਨ ਇੱਕ ਪਾਸੇ ਤਾਂ ਮੈਨੂੰ ਕਹਿੰਦਾ ਵੀ ਸਤਪਾਲ ਬਾਈ, ਦੂਜੇ ਪਾਸੇ ਕਹਿੰਦਾ ਬਸ਼ਰਮਾ, ਤੁਸੀਂ ਮੈਨੂੰ ਬਸ਼ਰਮੋ ਦੱਸੋ, ਮੈਂ ਬਸ਼ਰਮਾ ਯਾਰ, ਮੈਂ ਗਰੰਟੀ ਦਿੰਦਾ ਆਪਦੀ ਮੈਂ ਕਿਸੇ ਸੀਟ 'ਤੇ ਪੈਸੇ ਦੇ ਕੇ ਨਹੀਂ ਲੱਗਾ, ਮੈਂ ਬੱਚੇ ਦੀ ਵੀ ਸਹੁੰ ਖਾਣ ਨੂੰ ਤਿਆਰ ਆਪਦੇ ਦੀ, ਮਹਿਕਮੇ 'ਚ ਕੰਮ ਕਰਦਾ, ਮੈਂ ਆਪਦੇ ਜਵਾਕ ਮੇਰੇ ਕਿਡਨੈਪ ਹੋਣ ਤੱਕ ਗਏ, ਮੇਰੇ ਘਰ 'ਤੇ ਮੈਨੂੰ ਮਾਰਨ ਤੱਕ ਆ ਗਏ ਅਗਲੇ, ਮੈਂ ਤਾਂ ਕਦੇ ਰੋਇਆ ਨਹੀਂ, ਠੀਕ ਹੈ। ਜਿਨ੍ਹਾਂ ਤੋਂ ਤੁਸੀਂ ਰਾਤ ਨੂੰ ਤੜਪ ਤੜਪ ਕੇ ਜਿਨ੍ਹਾਂ ਦੇ ਫੋਨਾਂ ਤੋਂ ਉੱਠਦੇ ਆ ਨਾ, ਉਹ ਮੇਰਾ ਨਾਂ ਸੁਣ ਕੇ ਤੜਪਦੇ ਸੀ, ਮੈਂ ਇੰਨਾ ਕੁ ਆਪਦਾ ਨਾਂ ਅਤੇ ਆਪਦੀ ਇੱਜ਼ਤ ਮਹਿਕਮੇ 'ਚ ਕਮਾਈ ਹੈ।
किन्नी सख्त कार्रवाई उस थानेदार ते हुई, उन्हें डिसमिस किया, उते परचा दिता और उन्हें जेल भेजा। तुसी तां नहीं सानू कहा सी असी अपने तौर ते गए हैं, क्योंकि सानू भी सिद्धू की मौत का बहुत दुख। हुण जरनैल ने जो वीडियो पई है, मेरा यूट्यूब के चैनल चलता सतपाल सिंह गिल थानेदार पंजाबी, तुसी कढ के देख लो, मैं उस वेले उहदे खिलाफ वीडियो पाई। हालांकि मैनू दो तीन जिम्मेवार बंदियां दे मैसेज थले आए भी कदे दिलशाद अख्तर बारे बोलो जी, कदे चमकीले बारे बोलो। ना मैं तुहानू कह दिंदा चमकीले का कतल एक फरौती का कतल सी, उन्हें नहीं दिती जो जो सिद्धू नाल हो रहा सी उही चमकीले नाल उस वेले हो रहा सी। लवचंद्र सिंह डल्लेवाल बैठा है, ये तो पैसे मंगता सी, उन्हें नहीं दिती, इन्होंने करवाता। ना मैं दलेरी नाल गल की, कोई कह के दिखावे। रही गल दिलशाद अख्तर की, साडे अफसर की गलती सी, उते परचा होया, उन्हें सजा कट्टी है 7.5 साल। उस तो बाद इन्हां दे घरे आउंदा रहा, पुछ लो दिलशाद अख्तर तो इन्हां दे बूहे जाके बैठा रहिंदा सी सारा सारा दिन भी मैनूं माफ कर दिओ। उस तो बाद उस अफसर ने शर्म ला लो, बोझ ला लो, उन्हें सुसाइड कीती। मैं कहना साडे च बंदे बहुत माड़े आ, मैं कदों कहना नहीं। भाई बलकौर सिंह जिहड़े तेरे नाल मुंडे ड्यूटी करदे ना, उदन मुंडा कबूतर वांगू उहदी निगाह वेखो किवें सी तुसीं सारिआं ने। ਉਹ ਜਦੋਂ ਇਹਨੇ ਦਗੜ ਦੱਲੇ ਸਾਲੇ ਲੁੱਟ ਕੇ ਖਾ ਗਏ ਪੰਜਾਬ ਨੂੰ, ਉਹ ਮੁੰਡਾ ਵੀ ਉਹ ਦਗੜ ਦੱਲਿਆਂ ਚ ਹੁੰਦਾ। ਜਦੋਂ ਤੁਹਾਨੂੰ ਫਿਰ ਕੋਈ ਇਹੋ ਜਿਹਾ ਫੋਨ ਆਉਂਦਾ ਤੇ ਲੱਖੇ ਸਧਾਣੇ, ਤੇਰੇ ਨਾਲ ਵੀ ਪੰਜਾਬ ਪੁਲਿਸ ਦੇ ਮੁੰਡੇ ਸਿਕਿਉਰਿਟੀ ਚੱਲਦੇ ਆ, ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ, ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਕੋਈ ਤੁਹਾਨੂੰ ਕੋਈ ਇਹੋ ਜਿਹਾ ਫੋਨ ਆਉਂਦਾ, ਫਿਰ ਤੁਸੀਂ ਸਿਕਿਉਰਿਟੀਆਂ ਨਾਲ ਫਿਰ ਪੁਲਿਸ ਤੋਂ ਆਉਣੇ ਆ। ਜੇ ਦੂਜੀ ਪੁਲਿਸ ਮਾੜੀ ਆ ਤਾਂ ਫਿਰ ਜਿਹੜੀ ਤੁਹਾਡੇ ਨਾਲ ਡਿਊਟੀ ਕਰਦੀ ਹੈ ਕਿਵੇਂ ਚੰਗੀ ਹੋਊਗੀ? ਇਹ ਵੀ ਤਾਂ ਪੰਜਾਬ ਦੀ ਪੁਲਿਸ ਹੀ ਹੈ ਨਾ। ਹੁਣ ਰੰਧਾਵੇ ਤੂੰ ਮੈਨੂੰ ਇੱਥੇ ਵੀ ਮਿਲਿਆ, ਉੱਥੇ ਜਿੱਦਿਆਂ ਤੁਸੀਂ ਵੱਡੀਆਂ ਨਹਿਰਾਂ ਤੇ ਧਰਨਾ ਲਾਇਆ, ਤੂੰ ਮੂੰਹੋਂ ਕਿਹਾ ਵੀ ਬਾਈ ਤੇਰੇ ਵਰਗਾ ਬੰਦਾ ਤਾਂ ਇਹ ਜ਼ਿੰਦਗੀ 'ਚ ਨਹੀਂ ਦੇਖਿਆ, ਕਿਹਾ ਨਾ। ਪਰ ਜਿਹੜੀ ਭਾਸ਼ਾ ਤੈਨੂੰ ਭਾਣੇ ਸਿੱਧੂ ਨੇ ਵਰਤੀ ਆ, ਮੇਰੇ ਕੋਲ ਮੈਨੂੰ ਦੋ ਵੀਡੀਓ ਭੇਜੀਆਂ, ਤਾਂ ਮੈਨੂੰ ਤਾਂ ਇਹ ਲੱਗਦਾ ਵੀ ਤੂੰ ਕਿਸੇ ਜੱਟ ਦਾ ਪੋਤੀ ਨਹੀਂ। ਤੇ ਜਦੋਂ ਉਹਨੇ ਮੈਨੂੰ ਇੱਕ ਹੋਰ ਕਿਸੇ ਨੇ ਵੀਡੀਓ ਭੇਜੀ ਸਰਦਾਰ ਭਗਤ ਸਿੰਘ ਦੇ ਬਾਰੇ, ਜਿਹੜਾ ਬੰਦਾ ਇਹੋ ਜਿਹੀ ਭਾਸ਼ਾ ਬੋਲਦਾ, ਤੇ ਮੈਂ ਤਾਂ ਉੱਥੇ ਕਹਿਤਾ ਸੀ ਵੀ ਅਸੀਂ ਇਹਨੂੰ ਮਾਫ਼ ਕੀਤਾ, ਇਹ ਮਾਫ਼ੀ ਮੰਗੇ ਚਾਹੇ ਨਾ ਮੰਗੇ, ਅਸੀਂ ਇਹਨੂੰ ਮਾਫ਼ ਕੀਤਾ। ਜਦੋਂ ਇਹ ਬੰਦਾ ਭਗਤ ਸਿੰਘ ਦੇ ਬਾਰੇ ਆਹ ਕੁਛ ਬੋਲਦਾ ਤੇ ਅਸੀਂ ਕੀ ਚੀਜ਼ ਦਾ ਸੁਣ ਲਓ ਤੁਸੀਂ? ਆਹ ਦੇਖ ਲਓ ਜਿਹੜੇ ਬੰਦੇ ਕਹਿੰਦੇ ਆ ਇਹਦੀ ਆ ਵੀਡੀਓ, ਆਪਦੇ ਘਰੇ ਬਹਿ ਕੇ ਆਪਦੇ ਧੀਆਂ ਬੱਚਿਆਂ ਚ ਸੁਣਾ ਦਿਓ ਤੇ ਮੈਂ ਤੁਹਾਨੂੰ ਮੰਨ ਜੂੰਗਾ। ਤੇ ਮੇਰੀ ਕੋਈ ਵੀ ਵੀਡੀਓ ਕਿਸੇ ਵੇਲੇ ਆਪਦੇ ਕਿਸੇ ਧੀ ਪੁੱਤ ਨੂੰ ਸੁਣਾਇਓ, ਤੇ ਮੈਨੂੰ ਕਈ ਬੱਚੀਆਂ ਦੇ ਫੋਨ ਆਉਂਦੇ ਆ ਵੀ ਅੰਕਲ ਅਸੀਂ ਤੇਰੀਆਂ ਵੀਡੀਓ ਸੁਣਦੀ ਹੁੰਦੀ ਅੱਜ ਤਾਂ, ਠੀਕ ਹੈ, ਸਾਨੂੰ ਪਤਾ ਅਸੀਂ ਕਿਸੇ ਦੇ ਪਰਿਵਾਰ ਚ ਜੰਮੇ ਆ। ਹੁਣ ਜੇ ਤੂੰ ਲੱਖੇ ਤਾਂ ਤੈਨੂੰ ਇੰਨਾ ਸੀ, ਤੂੰ ਉਦੋਂ ਕਹਿ ਸਕਦਾ ਸੀ ਬਾਈ ਸਾਰੀ ਪੁਲਿਸ ਨੇ ਤੇਰਾ ਕੁਛ ਨਹੀਂ ਵਿਗਾੜਿਆ, ਤੇ ਤੂੰ ਚੱਲ ਜਿਵੇਂ ਮੈਨੂੰ ਬਾਈ ਕਹਿੰਦਾ ਤੇ ਬਾਈ ਮੈਨੂੰ ਇਹ ਵੀ ਇੰਨੀ ਗੱਲ ਵੀ ਕਹਿ ਸਕਦਾ ਸੀ ਕਿ ਚੱਲ ਬਾਈ ਜੇ ਤੁਹਾਨੂੰ ਦੂਜਿਆਂ ਨੂੰ ਕੋਈ ਠੇਸ ਲੱਗੀ ਆ ਤੇ ਚੱਲ ਯਾਰ ਮੈਥੋਂ ਗਲਤੀ ਹੋਊਗੀ। ਗਲਤ ਇੰਨੀ ਹੋਈ ਸੀ ਨਾ, ਇਹ ਤਾਂ ਅੱਗੋਂ ਆਪਦੀਆਂ ਸਫਾਈਆਂ ਦੇਣ ਲੱਗ ਪਿਆ, ਮੈਂ ਆਹ ਕੀਤਾ ਮੈਂ ਉਹ ਕੀਤਾ। ਮੈਂ ਪਰਸੋਂ ਹਜੇ 2008 ਦੇ ਵਿੱਚ ਮੈਂ ਪਰਚਾ ਦਰਜ ਕੀਤਾ ਸੀ, ਪਾਸਪੋਰਟ ਸਕੈਂਡਲ ਆ, ਦੁਨੀਆਂ ਦਾ ਸਭ ਤੋਂ ਵੱਡਾ ਸਕੈਂਡਲ ਆ, ਉਹਦੇ 'ਚ ਮੈਂ ਇੱਕ ਵਾਰੀ ਵਿਕ ਜਾਂਦਾ ਨਾ ਤੇ ਮੇਰੀਆਂ 3 ਪੀੜ੍ਹੀਆਂ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ। ਪਰਸੋਂ ਮੈਂ ਗਵਾਹੀ ਦੇ ਕੇ ਆਇਆ ਤੇ ਹੁਣ ਮੈਂ ਗਗਨਦੀਪ ਬਰਾੜ ਨੂੰ ਅਪੀਲ ਕਰੂੰਗਾ ਉਹਨੂੰ ਵੀ ਉਸ ਫੈਸਲੇ ਦੀ ਕਾਪੀ ਉਹ ਤੋਂ ਪਾਇਓ, ਤੋਂ ਮੁੰਡੇ ਜ਼ਰੂਰ ਦੱਸਣ ਮੈਂ ਕੀ ਉਹਨਾਂ ਦਾ ਫਾਇਦਾ ਕਰਕੇ ਆਇਆ। ਠੀਕ ਹੈ, ਸਾਡੀ ਕਿਹੜਾ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਹੈ? ਅੱਗੇ ਤੂੰ ਆ ਜਾਓ, ਮੈਂ ਹੁਣ ਚਲੋ ਕਿ ਯਾਰੀ ਜਿਹੜਾ ਪਟਿਆਲੇ 'ਚ ਜੋ ਕੁਛ ਇਹਨੇ ਕੀਤਾ, ਇਹਦੀ ਭੈਣ ਉੱਥੇ ਵਿਆਹੀ ਹੈ, ਉਹ ਸਾਰੇ ਹੁਣ ਤੁਹਾਨੂੰ ਪਤਾ ਉਹ ਵੀ ਕੇਸ ਇਹਦੇ ਖੁੱਲ੍ਹ ਗਏ ਆ। ਮੈਂ ਤਾਂ ਕੁਛ ਕਹਿਣਾ ਨਹੀਂ ਹਜੇ ਚਾਹੁੰਦਾ। ਫਰੀਦਕੋਟ ਇੱਕ ਪਰਿਵਾਰ ਮਰਿਆ ਸੀਗਾ, ਰਾਜੇ ਵੜਿੰਗ ਦੇ ਸਾਲੇ ਦੇ ਤੰਗ ਆ ਕੇ ਸੁਸਾਈਡ ਨੋਟ ਪਿਆ, ਸਾਰਾ ਕੁਛ ਪਿਆ। ਜੇ ਉਹ ਅੱਜ ਵੀ ਕੇਸ ਖੁੱਲ੍ਹ ਜੇ ਨਾ, ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਉਹਦੇ 'ਚ ਰਾਜੇ ਦੇ ਨਾਲ ਸਿੱਧੂ ਦੀ ਕੀ ਰੋਲ ਆ। ਬਈ ਬਲਕੌਰ ਸਾਹਿਬ, ਮੈਂ ਗੱਲ ਕਹਿਣੀ ਨਹੀਂ ਸੀ ਚਾਹੁੰਦਾ, ਮੈਂ ਦੁਖੀ ਮਾਨਾ ਤੈਨੂੰ ਇਹ ਗੱਲ ਕਹਿ ਰਿਹਾ। ਘੱਟ ਕਿਸੇ ਨੇ ਵੀ ਨਹੀਂ ਕੀਤੀ ਜਿੱਥੇ ਕਿਸੇ ਦਾ। ਕਿੰਨੇ ਕੁ ਵਾਰੀ ਤੁਸੀਂ ਉਸ ਪਰਿਵਾਰ ਦੇ ਵਿੱਚ ਗਏ ਹੋ, ਉਹਦੇ 7 ਅਤੇ 9 ਸਾਲ ਦੇ ਬੱਚੇ ਉਹ ਬੰਦੇ ਨੇ 2 ਆਪਦੇ ਮਾਰੇ, ਆਪ ਉਹ ਬੰਦਾ ਮਰਿਆ, ਉਹਦੀ ਵਾਈਫ ਚਲੋ ਬਚ ਗਈ, ਤੁਹਾਡੇ 'ਚੋਂ ਕਿੰਨੇ ਕੁ ਬੰਦੇ ਉੱਥੇ ਉਹਨਾਂ ਦੇ ਘਰੇ ਗਏ ਆ? ਹੈਗੀ ਜੁੱਟ ਤੁਹਾਡੇ 'ਚ? ਮੈਂ ਤੁਹਾਨੂੰ ਹੁਣ ਵੀ ਕਹਿੰਦਾ ਵੀ ਸਰਕਾਰ ਦਾ ਸਾਨੂੰ ਨਹੀਂ ਪਤਾ, ਅਸੀਂ ਨਾ ਸਰਕਾਰ ਨੂੰ ਇਹਦੇ ਬਾਰੇ ਕਿਹਾ, ਇਹ ਜੋ ਕਾਰਵਾਈ ਜਦੋਂ ਇਹ ਨਹੀਂ ਹਟਿਆ, ਅਸੀਂ ਉਸ ਵੇਲੇ ਫਿਰ ਆਪਦਾ ਰਿਟਾਇਰਡ, ਕਿਉਂ ਅਸੀਂ ਜੇ ਤੁਸੀਂ ਇਸ ਤਰ੍ਹਾਂ ਦੇ ਦਬਾਅ ਬਣਾਉਣੇ ਜਾਣਦੇ ਨਾ ਪੁਲਿਸ 'ਤੇ, ਤੇ ਅਸੀਂ ਵੀ ਧਰਨੇ ਦੇਣੇ ਜਾਣਦੇ ਹਾਂ, ਪਰ ਅਸੀਂ ਇਹ ਕੰਮ ਕਰਾਂਗੇ ਨਹੀਂ, ਕਿਉਂਕਿ ਅਸੀਂ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ। ਤੇ ਰੰਧਾਵਿਆ, ਆ ਤੇਰੇ ਬਾਰੇ ਜਿਹੜਾ ਕੁਛ ਬੋਲੀ ਜਾਂਦਾ ਸੁਣ ਲਾ, ਜਿਹੜੀ ਤੈਨੂੰ ਖੰਡ ਪਾ ਰਿਹਾ। ਮੈਂ ਤੈਨੂੰ ਇਹ ਤਾਂ ਕਿਹਾ ਸੀ ਵੀ ਮੈਨੂੰ ਤਾਂ ਤੂੰ ਕਿਸੇ ਨਸਲੀ ਜੱਟ ਦਾ ਪੁੱਤ ਨਹੀਂ ਲੱਗਦਾ। ਮੈਂ ਕਹਿੰਦਾ ਸ਼ਰਮ ਆਉਂਦੀ ਯਾਰ, ਆ ਜੋ ਇਹ ਬੰਦਾ ਬੋਲ ਰਿਹਾ, ਜਿਹੜਾ ਬੰਦਾ ਕੋਈ ਆਪਦੀ ਆਲੋਚਨਾ ਹੀ ਨਹੀਂ ਸੁਣ ਸਕਦਾ, ਉਹ ਕਾਹਦਾ ਸਮਾਜ ਸੇਵੀ?
मैं मेरा दादा मैं मेरा दादा यार तुसी ठेका चक लिया पंजाब दा बाकी बंदे पंजाब दी दुनिया उही तुरी फिरदी है ਵੀ ਤੁਸੀਂ ਚਾਰ ਪੰਜ ਬੰਦੇ ਆ ਜਿਹੜੇ ਤੁਸੀਂ ਸਾਰਾ ਟੋਕਰਾ ਤੁਹਾਡੇ ਸਿਰ ਤੇ ਚੱਕਿਆ ਕਮਾਲ ਦੀ ਗੱਲ ਆ ਆ ਸੁਣ ਲਓ ਕੀ ਕਹਿ ਰਿਹਾ ਆ ਸੁਣਾ ਦਿਓ ਆਪਦੇ ਭਾਸ਼ਾ ਕਿਤੇ ਬਹਿ ਕੇ ਪਰਿਵਾਰ ਚ ਹਾਂ ਆ ਦੇਖੋ ਮਾਂ ਭੈਣ ਕੋਈ ਬਖਸ਼ੀ ਆ ਬੰਦੇ ਨੇ ਇਹੋ ਜਿਹੇ ਬਸ਼ਰਮੇਬ ਜਿਹੇ ਬੰਦਿਆਂ ਨੂੰ ਸਿਰ ਤੇ ਚੜਾਉਂਦੇ ਆ ਜਦੋਂ ਜਾ ਕੇ ਅਗਲੇ ਦਿਨ ਮਾਫੀਆਂ ਮੰਗੀ ਜਾਂਦਾ ਉਹ ਤੋਂ ਸਾਡੀ ਕਿਤਾਬ ਚ ਤਾਂ ਨਹੀਂ ਇਹ ਚੀਜ਼ ਲਿਖੀ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਲੜਾਈ ਲੜਨੀ ਵੀ ਜਾਣਦੇ ਆ ਪਹਿਲੇ ਸਾਡਾ ਕਿਸੇ ਨਾਲ ਕੋਈ ਜਾਤੀ ਵੈਰ ਨਹੀਂ ਹੈਗਾ ਅਸੀਂ ਪੰਜਾਬ ਦੇ ਭਲੇ ਲਈ ਜਿਹੜਾ ਵੀ ਬੰਦਾ ਮੈਂ ਕਹਿੰਦਾ ਤੇ ਅਸੀਂ ਕਿਸੇ ਤੋਂ ਗਾਲਾਂ ਨਹੀਂ ਲੈਣੀਆਂ ਫਿਰ ਇਹਨੇ ਚੰਡੀਗੜ੍ਹ ਵੀ ਫੋਨ ਕੀਤਾ ਬਾਬਾ ਰਾਜਾ ਰਾਜ ਸਿੰਘ ਹੁਣਾਂ ਨੂੰ ਕੀਤਾ ਉੱਥੇ ਮੋਰਚੇ 'ਚ ਉਹ ਮੈਨੂੰ ਜਾਣਦੇ ਆ ਸਾਰੇ ਮੈਂ ਤਾਂ ਕਦੇ ਉੱਥੇ ਜਾ ਕੇ ਮੈਨੂੰ ਬੜੇ ਵਾਰੀ ਉਹਨਾਂ ਨੇ ਜ਼ੋਰ ਲਾਇਆ ਵੀ ਸਤਪਾਲ ਸਟੇਟ ਤੇ ਆ ਤੈਨੂੰ ਮੈਂ ਕਹਿੰਦਾ ਉਹਨੂੰ ਨਹੀਂ ਜੀ ਮੈਂ ਤਾਂ ਉੱਥੇ ਬਹੁਤ ਛੋਟਾ ਅਤੇ ਮੈਂ ਹੁਣ ਆਪਦੇ ਰਿਟਾਇਰਡ ਪੁਲਿਸ ਅਫਸਰਾਂ ਨੂੰ ਫਿਰ ਦੁਬਾਰਾ ਬੇਨਤੀ ਕਰੂੰਗਾ ਆਪਦੇ ਮੁਲਾਜ਼ਮ ਦਾ ਜਿੱਥੇ ਮੁਲਾਜ਼ਮ ਸਾਡਾ ਬੇਗਨਾ ਉਹਦਾ ਸਾਥ ਦਿਆ ਕਰੋ ਇਹ ਲਵਾਰਸ ਨਹੀਂ ਗੇ ਇਹ ਵੀ ਪੰਜਾਬ ਦੇ ਪੁੱਤ ਨੇ ਮੈਂ ਉਹੀ ਕਹਿੰਦਾ ਵੀ ਜੇ ਤਾਂ ਉਹਨਾਂ ਦੇ ਸਿਰ 'ਤੇ ਆਹ ਪੱਗ ਹੈ ਸਾਡੇ ਸਿਰ 'ਤੇ ਇਹ ਪੱਗ ਹੈ ਫਿਰ ਤਾਂ ਕੋਈ ਵੈਲਿਊ ਨਹੀਂ ਜੇ ਤੁਹਾਡੇ ਸਿਰ 'ਤੇ ਇਹ ਪੱਗ ਹੈ ਤਾਂ ਫਿਰ ਇਹ ਕੌਮ ਦਾ ਕਿਰਦਾਰ ਹੈ ਕੀ ਗੱਲ ਭਾਈ ਅਸੀਂ ਸਿੱਖਾਂ ਦੇ ਬੱਚੇ ਨਹੀਂ ਅਸੀਂ ਆਪਦੇ ਗੁਰੂ ਨੂੰ ਗੁਰੂ ਨਹੀਂ ਮੰਨਦੇ ਠੀਕ ਹੈ ਮਹਾਰਾਜ ਸਾਥੋਂ ਆਪਦੀ ਗੁਰਬਾਣੀ ਦੀ ਜਿੰਨੀ ਕੁ ਪੜ੍ਹਦੇ ਹਾਂ ਮਹਾਰਾਜ ਦੀ ਮਤ ਬਖਸ਼ੀ ਉਨੀ ਪੜ੍ਹਦੇ ਹਾਂ ਅਤੇ ਆਪਦੇ ਗੁਰੂ ਨਾਲ ਖੜ੍ਹੇ ਹਾਂ ਅਤੇ ਲੜਾਈ ਕਿਹਦੇ ਨਾਲ ਲੜ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਤਾਂ ਰੋਜ਼ ਥਰੈਟ ਆਉਂਦੀ ਹੈ ਮੈਂ ਤਾਂ ਕਦੇ ਨਹੀਂ ਰੋਇਆ ਮੇਰੇ ਕੋਲ ਆਪਦੇ ਸਾਰੇ ਪ੍ਰਬੰਧ ਆ ਮੈਂ ਕਿਸੇ ਤੋਂ ਨਾ ਕਿਤੇ ਇਹੋ ਜਿਹੀ ਉਮੀਦ ਰੱਖਦਾ ਅਤੇ ਨਾ ਮੈਨੂੰ ਲੋੜ ਤੁਹਾਡੇ ਨਾਲ ਜਿਹੜੇ ਹੁਣ ਡਿਊਟੀ ਕਰਦੇ ਆ ਮੁਲਾਜ਼ਮ ਤੁਹਾਡੇ ਦੋਨਾਂ ਨਾਲ ਹੁਣ ਉਹਨਾਂ ਨੂੰ ਪੁੱਛ ਲਿਓ ਵੀ ਜਿਹੜੀ ਇਹਨੇ ਗਾਲਾਂ ਕੱਢੀਆਂ ਉਹ ਵਰਦੀ ਉਹਨਾਂ ਦੇ ਵੀ ਪਾਈ ਆ ਅਤੇ ਜੇ ਤੁਹਾਨੂੰ ਫਿਰ ਇੰਨਾ ਹੀ ਦੁੱਖ ਆ ਜੇ ਪੁਲਿਸ ਐਡੀ ਮਾੜੀ ਆ ਅਤੇ ਉਹਦੇ ਗਨਮੈਨ ਆ ਜਿਹੜੇ ਇਹਨਾਂ ਨੂੰ ਛੱਡ ਦਿਓ ਹੋਰ ਕਿਸੇ ਡਿਪਾਰਟਮੈਂਟ 'ਚੋਂ ਲੈ ਲਓ ਜਾ ਕੇ ਫਿਰ ਐਡੇ ਗੰਦੇ ਆ ਜੇ ਪੁਲਿਸ ਐਡੀ ਮਾੜੀ ਆ ਫਿਰ ਨਾਲ ਕਿਉਂ ਰੱਖੀ ਫਿਰਦੇ ਹੋ ਉਹ 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 ਕਰਪਟ ਨੇ ਕੁਛ ਯਾਰ ਤੁਸੀਂ ਇਸ ਤਰ੍ਹਾਂ ਜੇ ਆਪਾਂ ਲੱਗ ਪਏ ਨਾ ਕਰਨ ਤੇ ਫਿਰ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖ ਲਿਆ ਕਰੋ ਮੈਂ ਇਹੀ ਕਹਿੰਦਾ ਮੈਂ ਤਾਂ ਵੀਡੀਓ ਪਾਈ ਵੀ ਤੈਨੂੰ ਦੋ ਵਾਰੀ ਲਿਖਿਆ ਮੈਂ ਤੈਨੂੰ ਬੇਨਤੀ ਦੋ ਵਾਰੀ ਕੀਤੀ ਹਾਲਾਂਕਿ ਮੇਰਾ ਕੋਈ ਫਰਜ਼ ਨਹੀਂ ਸੀ ਬਣਦਾ ਮੈਂ ਚੰਗੇ ਚੱਲ ਠੀਕ ਹੈ ਇਹ ਜਿੱਥੇ ਇਹਨੇ ਚੰਗਾ ਕੰਮ ਕੀਤਾ ਮੈਂ ਹੁਣ ਵੀ ਕਹਿੰਦਾ ਇਹਦੇ ਨਾਲ ਖੜਾਂਗੇ ਯਾਰ ਕੋਈ ਦਿੱਕਤ ਨਹੀਂ ਤੂੰ ਇਹਨੂੰ ਇੰਨੀ ਗੱਲ ਵੀ ਕਹਿ ਸਕਦਾ ਸੀ ਬਈ ਉਹਦੇ 'ਚ ਸਤਪਾਲ ਹੋਣੀ ਵੀ ਤੂੰ ਮੈਨੂੰ ਤੂੰ ਤਾਂ ਜਾਣਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਬਾਈ ਬਲਕੌਰ ਵੀ ਜਾਣਦਾ ਅਤੇ ਮੈਂ ਬਾਈ ਹੁਣ ਵੀ ਕਹਿੰਦਾ ਮੈਂ ਹੁਣ ਵੀ ਤੇਰੇ ਨਾਲ ਖੜਾਂ ਸਿੱਧੂ ਤੇਰਾ ਪੁੱਤ ਸੀ ਉੱਥੇ ਮੇਰਾ ਉਹ ਪੁੱਤ ਆ ਮੈਂ ਤੈਨੂੰ ਹੁਣ ਵੀ ਕਹਿੰਦਾ ਵੀ ਮੇਰੇ ਕਿਤੇ ਇਹਨਾਂ 'ਚ ਕੋਈ ਹੱਥ ਲੱਗ ਗਿਆ ਜਿਹੜੇ ਜਿਨ੍ਹਾਂ ਬੰਦਿਆਂ ਤੋਂ ਤੂੰ ਕਹਿੰਦਾ ਨਾ ਬਾਗੀ ਹੋਣਾ ਮੈਂ ਕਹਿੰਦਾ ਮੈਂ ਤੈਨੂੰ ਤਾਂ ਕਹੀ ਮੈਂ ਤੇਰੇ ਨਾਲ ਤੁਰੂ ਅਤੇ ਮੈਂ ਤੈਨੂੰ ਹੁਣ ਵੀ ਕਹਿੰਦਾ ਜੇ ਮੇਰੇ ਕੋਈ ਤੁਰਦਿਆਂ ਫਿਰਦਿਆਂ ਕੋਈ ਇਹਨਾਂ 'ਚੋਂ ਹੱਥ ਲੱਗ ਗਿਆ ਅਤੇ ਮੈਂ ਸਾਰਾ ਕੁਛ ਕਰਨਾ ਚਾਹੁੰਦਾ ਮੈਂ ਤੈਨੂੰ ਦੱਸਾਂ ਮੈਨੂੰ ਕੋਈ ਮੈਂ 12-13 IPS ਅਫਸਰਾਂ ਨਾਲ ਕੰਮ ਕੀਤਾ ਜਿਨ੍ਹਾਂ 'ਚੋਂ ਵਰਿੰਦਰ ਕੁਮਾਰ ਜੀ ਇੱਕ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਇੱਕ ਜੀ ਉਹ ਸਾਡੀ ਕਾਬਲੀਅਤ ਸਾਡੇ 'ਤੇ ਸਾਨੂੰ ਪਿਆਰ ਕਰਦੇ ਸਾਡੀ ਕਾਬਲੀਅਤ 'ਤੇ ਭਰੋਸਾ ਕਰਦੇ ਸੀ ਪੁੱਜ ਕੇ ਇਮਾਨਦਾਰ ਅਫਸਰ ਸੀ ਠੀਕ ਹੈ 2-4 ਸਮਾਜ 'ਚ ਵੀ ਮੈਂ ਤੁਹਾਨੂੰ ਕਹਿੰਦਾ ਇਹੋ ਜਿਹੇ ਹੁੰਦੇ ਆ ਹੁਣ ਤੁਸੀਂ ਕਹਿੰਦੇ ਨਾ ਵੀ ਤੁਹਾਡੇ ਘਰੋਂ ਜੋ ਕੁਛ ਹੋਇਆ ਵੀ ਤੁਸੀਂ ਕਿਹਾ ਮੈਂ ਤਾਂ ਸੋਚ ਹੀ ਨਹੀਂ ਸਕਿਆ ਵੀ ਮੇਰੇ ਘਰ 'ਚੋਂ ਕੀ ਕੁਛ ਹੋ ਗਿਆ ਫਿਰ ਕਿਹਦੇ 'ਤੇ ਭਰੋਸਾ ਕਰੀ ਗਿਆ ਸੀ ਮੋਗੇ ਦਾ ਬੰਦਾ ਇੱਕ ਵਾਰੀ ਚੱਕਿਆ ਗਿਆ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਉਸ ਵੇਲੇ SSP ਸੀ ਭੱਠੇ ਵਾਲਾ ਬਾਊ ਕਿਡਨੈਪ ਹੋਇਆ ਇਹ ਸਾਡੀ ਕਾਬਲੀਅਤ ਸੀ ਮੇਰੀ ਡਿਊਟੀ ਲਾਈ ਉਹਨਾਂ ਨੇ ਮੈਂ ਅਗਵਾਹਕਾਰ ਵਿੱਚੋਂ ਪੱਟਿਆ ਇੱਕ ਠੀਕ ਹੈ ਅਸੀਂ ਇੱਕ ਗੋਲੀ ਨਹੀਂ ਚਲਾਈ ਕਿਸੇ ਦੇ ਡੰਡਾ ਨਹੀਂ ਮਾਰਿਆ ਇੱਕ ਅਗਵਾਹਕਾਰ ਵੀ ਮਾਰਿਆ ਅਤੇ ਬਾਊ ਛੁਡਾ ਕੇ ਵੀ ਲਿਆਂਦਾ ਸੀ ਇਹ ਸਾਡੀ ਕਾਬਲੀਅਤ ਸੀ ਰਿਕਾਰਡ ਨਹੀਂ ਮੈਂ ਨਹੀਂ ਕਦੇ ਮੇਰੀਆਂ ਲੱਤਾਂ ਕੰਬੀਆਂ ਮੈਂ MLA 'ਤੇ ਕਾਰਵਾਈਆਂ ਕੀਤੀਆਂ ਜਾ ਕੇ ਕੁੱਲ ਗੜੀ 11/18 ਮੁਕੱਦਮਾ ਚੱਕ ਲਿਆ ਜਿਹੜੇ ਜੀਰੇ ਅਤੇ ਮਖੂ ਮੈਂ ਰਿਹਾ ਸਾਰੇ ਮੈਨੂੰ ਲੋਕ ਇਸ ਇਲਾਕੇ ਦੇ ਜਾਣਦੇ ਆ ਕੇਵਲ MP ਵਿਜੇ ਸਾਥੀ ਜੇ ਕੁਛ ਦਮ ਸੀ ਨਾ ਤਾਂ ਦਮ ਰੱਖਿਆ ਇਹਨਾਂ ਚੀਜ਼ਾਂ ਦਾ ਅਤੇ ਬਾਈ ਮੈਂ ਹੁਣ ਵੀ ਤੁਹਾਨੂੰ ਕਹਿੰਦਾ ਤੁਸੀਂ ਇਸ ਗੱਲ ਨੂੰ ਠੀਕ ਹੈ ਇਹ ਬੰਦਾ ਜਨਤਕ ਤੌਰ 'ਤੇ ਆਪਦੀ ਗਲਤੀ ਮੰਨਦਾ ਸਾਡਾ ਇਹਦੇ ਨਾਲ ਕੋਈ ਵੈਰ ਨਹੀਂ ਅਸੀਂ ਕਹਿੰਦੇ ਰਲ ਮਿਲ ਕੇ ਸਾਰੇ ਆਪਾਂ ਕੰਮ ਕਰੀਏ ਠੀਕ ਹੈ ਅਤੇ ਰਹੀ ਗੱਲ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਵੀ ਜਿਹੜੀ ਗੱਲ ਕਿ ਮੈਂ ਕੀਤੀ ਹੈ ਉਹਦੀ ਰਾਤ ਨੂੰ ਮੈਂ ਜਿਹੜੇ ਸਮਾਜ ਦੇ ਠੇਕੇਦਾਰ ਹੋ ਅਸੀਂ ਸਮਾਜ ਦੇ ਤੁਸੀਂ ਬਣੇ ਹੋ ਨਾ ਮੈਂ ਤੁਹਾਨੂੰ ਦੱਸਦਾ ਉਹਦੀ ਮਾਂ ਅਤੇ ਉਹਦੀ ਵਾਈਫ ਮੇਰੇ ਨਾਲ ਰਾਤ ਨੂੰ ਬਾਅਦ 'ਚ ਲਾਈਵ ਹੋਈਆਂ ਮੇਰਾ ਨੰਬਰ ਜਦੋਂ ਵੀਡੀਓ 'ਚ ਲਿਆ ਉਹਨਾਂ ਨੇ ਮੈਨੂੰ ਤਾਂ ਬਾਈ ਉਹ ਕਹਿੰਦੀਆਂ ਵੀ ਵੀਰਾ ਅਸੀਂ ਤਾਂ ਸਵੇਰੇ ਇਹਦੇ ਘਰੇ ਜਾ ਕੇ ਮਾਫੀ ਮੰਗਿਆ ਮੈਂ ਕਿ ਪੈਰੀ ਚੁੰਨੀ ਰੱਖ ਕੇ ਅਸੀਂ ਲੜਾਈ ਲੜਨ ਜੋਗੇ ਨਹੀਂ ਪਰ ਸਾਨੂੰ ਜੋ ਗੰਦ ਉਹਨੇ ਫੋਨ 'ਤੇ ਬਕਿਆ ਨਾ ਹੁਣ ਉਹ ਨਹੀਂ ਤੁਸੀਂ ਲੋਕਾਂ ਨੂੰ ਦੱਸਦੇ
फिर असी स्टैप चक्या अक की 80,000 के करीब असी रिटायर्ड ते बैठे हैं तो दूजे नूं भी लोड़ पई एक दिन की छुट्टी इन्हों तो भी भरा लांगे फिर पर असी यह काम करना नहीं असी संजम रखने वाले बंदे हाँ असी कानून के दायरे च रह के चलने वाले बंदे हाँ तो मैं हुण भी कहना जिहड़ा साडे किसी पुलिस मुलाजम नूं बिना किसी गल तो तंग करूगा होर कोई खड़े ना खड़े किसी अफसर तो मैं तो खड़ूंगा मैं ये नहीं भी ये कोई लवारस नहीं फिर मैं खड़ूंगा एक ठोक के खड़ूंगा ये वर्दी पाई है इस वर्दी की शान इस वर्दी की मान मर्यादा सब कैम रखी है हुण मैं तो एक इंटरव्यू दित्ती सी नशे के प्रति मेरे खिलाफ अगले डेफामेशन काली केस पाई बैठी है आप नहीं अगे आउंदे आप इस करके नहीं अगे आउंदे इन्हां दीआं बहुत करतूतां पईआं मेरे कोल मैं उन्होंने भी कहा सीधे आके लड़ो किसी के मोढ़े ते रख के ना चलाओ तो जेडे मेरे ते मान हानि कर रहे ना उन्होंने 13-13 परचे आप देते है पता नहीं मान केड़ा ते मैं उन्होंने हानि केड़ी करती तो लड़ाइया लड़निया सीखो मैं तो कदे किसी नूं नहीं कहा भी आ जाओ भाई मेरे नाल खड़ जाओ आ ठीक है जदों इस पासे चलना सीखो जेल ते बैठा किन्ने किन्ने जाके तुसीं उहदी बात पुछ ली सो इस करके असीं तां मैं तां आपदे जेडे मेरे साडे मुलाजम चंगी ड्यूटी करते हैं चंगे अफसर है उन्होंने नाल खड़ांगे असीं मैं तां खड़ूंगा सारयां नूं मेरी अपील है आपदे आपदे मुलाजम चंगिआं नाल खड़ो माड़े दा कितें साथ ना दो जो माड़े ने मानसा कीती तां मैं तुहानूं दस दित्ता मैं खुद कहा भी असीं पंजाब छड्ड जांगे मैं तां छड्डूंगा मैं तुहाडे सामने कार्रवाई होगी हुण उहनूं मार थोड़ी देणा जिहड़ी कार्रवाई चलदी है तुसीं उहदीआं कानूनी प्रक्रिया चलदी उहदे खिलाफ गवाह भगताओ दिलशाद अख्तर दे केस दे विच साडे मुलाजमां ने गवाही दे के डीएसपी नूं सजा कराई है कितें कोई साथ नहीं दिंदा भुलेखे चो तुसीं इन्ना कुछ कहिंदा वाहिगुरू जी का खालसा।